प्यारे बच्चों गुडडे ਤੁਸੀਂ 5th ਕਲਾਸ ਤੋਂ 6th ਕਲਾਸ ਦੇ ਵਿੱਚ ਆਏ ਹੋ ਵੈਲਕਮ ਟੂ ਆਲ ਸਟੂਡੈਂਟਸ ਨੰਨੇ-ਮੁੰਨੇ ਬੱਚਿਓ ਤੁਸੀਂ 6ਵੀਂ ਕਲਾਸ ਦੇ ਵਿੱਚ ਆ ਕੇ ਬਿਲਕੁਲ ਨਹੀਂ ਘਬਰਾਣਾ ਕਿ ਇਹ ਵੱਡਾ ਸਕੂਲ ਹੈ ਬੇਟਾ ਅਸੀਂ ਸਾਰੇ ਟੀਚਰ ਹੀ ਉਸੇ ਤਰ੍ਹਾਂ ਤੁਹਾਡੇ ਨਾਲ ਆ ਜਿਸ ਤਰ੍ਹਾਂ ਪ੍ਰਾਇਮਰੀ ਸਕੂਲ ਦੇ ਵਿੱਚ ਸਾਰੇ ਟੀਚਰਸ ਤੁਹਾਨੂੰ ਪਿਆਰ ਦੇ ਨਾਲ ਪੜ੍ਹਾਉਂਦੇ ਸੀ ਅਸੀਂ ਵੀ ਬੇਟਾ ਉਸੇ ਤਰ੍ਹਾਂ ਨਾਲ ਆ ਤੁਸੀਂ ਆਪਣੇ ਬਚਪਨ ਨੂੰ ਆਪਣੀਆਂ ਅਨਪੋਖੀ ਯਾਦਾਂ ਨੂੰ ਬਿਲਕੁਲ ਆਪਣੇ ਨਾਲ ਸੰਜੋ ਕੇ ਰੱਖਣਾ ਹੈ ਤੇ ਜਿਹੜੀਆਂ ਵੀ ਚੀਜ਼ਾਂ ਤੁਹਾਨੂੰ ਸਬਜੈਕਟ ਦੇ ਵਿੱਚ ਨਹੀਂ ਸਮਝ ਆ ਰਹੀਆਂ ਤੁਸੀਂ ਆਪਣੇ ਟੀਚਰਸ ਨੂੰ ਜ਼ਰੂਰ ਉਹਨਾਂ ਨੂੰ ਪੁੱਛਣਾ ਹੈ ਕਿਉਂਕਿ ਜੇਕਰ ਹੁਣੇ ਤੁਹਾਡੇ ਮਨਾਂ ਦੇ ਵਿੱਚ ਕੋਈ ਸਵਾਲ ਰਹਿ ਗਏ ਤਾਂ ਇਹ ਸਵਾਲ ساری ਜ਼ਿੰਦਗੀ ਬਣੇ ਰਹਿੰਦੇ ਹਨ ਬੇਟਾ ਦੂਸਰੀ ਗੱਲ ਜਿਹੜੀ ਸਾਇੰਸ ਹੈ ਬੜੇ ਸਿੰਪਲ ਵੇ ਦੇ ਨਾਲ ਮੈਂ ਤੁਹਾਨੂੰ ਪੜਾਉਣ ਦੀ ਪੂਰੀ ਕੋਸ਼ਿਸ਼ ਕਰਾਂਗਾ ਅੱਜ ਅਸੀਂ ਕਲਾਸ 6th ਦਾ ਫਰਸਟ ਪਾਰਟ ਫੂਡ ਕਰਨ ਜਾ ਰਹੇ ਹਾਂ ਬੇਟਾ ਮੈਂ ਹਾਂ ਰਾਹੁਲ ਸ਼ਰਮਾ ਤੁਹਾਡੇ ਲਈ ਸਾਇੰਸ ਦੇ ਨਵੀਆਂ-ਨਵੀਆਂ ਵੀਡੀਓਜ਼ ਲੈ ਕੇ ਆਵਾਂਗਾ ਜੇਕਰ ਤੁਸੀਂ ਸਾਡੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਇਸ ਨੂੰ ਸਬਸਕ੍ਰਾਈਬ ਕਰ ਲੈਣਾ ਹੈ ਇਸ ਵੀਡੀਓ ਨੂੰ ਪੂਰੀ ਚੰਗੀ ਤਰ੍ਹਾਂ ਸਮਝਣ ਦੇ ਲਈ ਐਂਡ ਤੱਕ ਵੇਖਣਾ ਹੈ ਮੈਂ ਵੀ ਬੇਟਾ ਤੁਸੀਂ ਆਪਣੀ ਜਿਹੜੀ ਇੱਕ 6th ਕਲਾਸ ਦੀ ਸਾਇੰਸ ਦੀ ਬੁੱਕ ਹੈ ਇਸ ਨੂੰ ਆਪਣੇ ਕੋਲ ਰੱਖਣਾ ਹੈ ਨਾਲ ਮੈਂ ਤੁਹਾਨੂੰ ਇਸ ਬੁੱਕ ਦੇ ਵਿੱਚ ਅੰਡਰਲਾਈਨ ਵੀ ਕਰਵਾਉਂਦਾ ਰਹਾਂਗਾ ਜਿਹੜੀਆਂ-ਜਿਹੜੀਆਂ ਇੰਪੋਰਟੈਂਟ ਚੀਜ਼ਾਂ ਹੋਣਗੀਆਂ ਅਸੀਂ ਇਸ ਦੀ ਕੰਪਲੀਟ ਐਕਸਰਸਾਈਜ਼ ਵੀ ਕਰਾਂਗੇ ਬਹੁਤ ਸੁੰਦਰ ਇਸ ਬੁੱਕ ਦੇ ਵਿੱਚ ਤੁਹਾਨੂੰ ਫੋਟੋਸ ਦਿੱਤੀਆਂ ਹਨ ਬੇਟਾ ਪਿਕਚਰਸ ਦਿੱਤੀਆਂ ਹਨ ਬੜੇ ਅੱਛੇ ਟੇਬਲਸ ਬਣੇ ਹੋਏ ਹਨ ਤੁਸੀਂ ਉਹਨਾਂ ਨੂੰ ਕਰਨ ਦੀ ਜਰੂਰ ਕੋਸ਼ਿਸ਼ ਕਰਨੀ ਹੈ ਚਾਹੇ ਉਹ ਤੁਹਾਡੇ ਤੋਂ ਗਲਤ ਹੁੰਦੇ ਹਨ ਚਾਹੇ ਸਹੀ ਹੁੰਦੇ ਹਨ ਪਹਿਲਾਂ ਤੁਸੀਂ ਉਹਨਾਂ ਨੂੰ ਆਪ ਕਰਨ ਦੀ ਕੋਸ਼ਿਸ਼ ਕਰਨੀ ਹੈ ਫਿਰ ਤੁਸੀਂ ਉਹਨਾਂ ਨੂੰ ਟਿਕ ਮਾਰਕ ਲਗਾ ਲੈਣਾ ਹੈ ਤਾਂ ਪਾਰਟ ਪਹਿਲਾ ਬੇਟਾ ਪੋਜਨ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਅਸੀਂ ਸਾਰੇ ਹੀ ਕੁਛ ਨਾ ਕੁਛ ਭੋਜਨ ਖਾਂਨੇ ਹਾਂ ਜਿੰਦਾ ਰਹਿਣ ਦੇ ਲਈ ਕੋਈ ਸਬਜ਼ੀ ਵਗੈਰਾ ਖਾਂਦਾ ਹੈ ਕੋਈ ਮੀਟ ਖਾਂਦਾ ਹੈ ਜਾਂ ਕੋਈ ਅਲੱਗ-ਅਲੱਗ ਭੋਜਨ ਪਦਾਰਥਾਂ ਨੂੰ ਕੋਈ ਰੋਟੀ ਨੂੰ ਖਾਂਦਾ ਹੈ ਕੋਈ ਚਾਵਲਾ ਨੂੰ ਖਾਂਦਾ ਹੈ ਤਾਂ ਅਸੀਂ 1.1 ਜਿਸ ਤਰ੍ਹਾਂ ਤੁਸੀਂ ਆਪਣੀ ਬੁੱਕ ਦੇ ਵਿੱਚ ਵੇਖ ਰਹੇ ਹੋ ਪਹਿਲਾ ਪੁਆਇੰਟ ਹੈ ਵੱਖ-ਵੱਖ ਭੋਜਨ ਪਦਾਰਥ ਯਾਨੀ ਕਿ ਭੋਜਨ ਪਦਾਰਥਾਂ ਦੀ ਅਲੱਗ-ਅਲੱਗ ਵੈਰਾਈਟੀ ਬੇਟਾ ਤੁਸੀਂ ਆਪਣੇ ਜਿਹੜੇ ਫਰੈਂਡਸ ਨੇ ਉਹਨਾਂ ਨੂੰ ਪੁੱਛਣਾ ਹੈ ਕਿ ਤੁਸੀਂ ਅੱਜ ਪੂਰੇ ਦਿਨ ਦੇ ਵਿੱਚ ਕਿਹੜੇ ਕਿਹੜੇ ਭੋਜਨ ਪਦਾਰਥ ਖਾਦੇ ਇਹ ਤੁਸੀਂ ਪਹਿਲਾ ਚਾਰਟ ਵੇਖ ਰਹੇ ਹੋ ਪਹਿਲਾ ਟੇਬਲ ਨੂੰ ਤੁਸੀਂ ਬਣਾਉਣਾ ਹੈ ਪਹਿਲੀ ਕਿਰਿਆ ਨੂੰ ਤੁਸੀਂ ਵਿਦਿਆਰਥੀ ਦਾ ਨਾਮ ਲਿਖਣਾ ਹੈ ਤੇ ਉਹਨੇ ਕੀ ਕੀ ਭੋਜਨ ਪਦਾਰਥ ਖਾਦੇ ਤੁਸੀਂ ਆਪਣੇ ਪੇਰੈਂਟਸ ਦੀ ਵੀ ਹੈਲਪ ਲੈ ਸਕਦੇ ਹੋ ਬੇਟਾ ਜੇਕਰ ਤੁਹਾਡੇ ਕੋਈ ਰਿਸ਼ਤੇਦਾਰ ਜਾਂ ਤੁਹਾਡੇ ਕੋਈ ਫਰੈਂਡਸ ਇੱਕ ਸਟੇਟ ਤੋਂ ਦੂਸਰੀ ਸਟੇਟ ਦੇ ਵਿੱਚ ਰਹਿੰਦੇ ਹਨ ਤਾਂ ਤੁਸੀਂ ਉਹਨਾਂ ਤੋਂ ਵੀ ਪੁੱਛ ਕੇ ਲਿਖ ਸਕਦੇ ਹੋ ਕਿ ਉਹ ਕੀ ਭੋਜਨ ਪਦਾਰਥ ਖਾਂਦੇ ਹਨ ਬੇਟਾ ਜਿਸ ਤਰ੍ਹਾਂ ਨਾਰਥ ਇੰਡੀਆ ਦੇ ਵਿੱਚ ਉੱਤਰੀ ਭਾਰਤ ਦੇ ਵਿੱਚ ਸਾਗ ਮੱਕੀ ਦੀ ਰੋਟੀ ਤੇ ਇਸ ਤਰ੍ਹਾਂ ਦੇ ਭੋਜਨ ਪਦਾਰਥ ਖਾਦੇ ਜਾਂਦੇ ਹਨ ਕੁਝ ਭਾਗਾਂ ਦੇ ਵਿੱਚ ਚਾਵਲ ਅਤੇ ਸਬਜ਼ੀ ਖਾਧੀ ਜਾਂਦੀ ਹੈ ਕੁਝ ਜਿਹੜੇ ਭਾਗ ਹਨ ਉਹਨਾਂ ਦੇ ਵਿੱਚ ਦੋਸਾ ਇਡਲੀ ਸੰਬਰ ਵੜਾ ਬਹੁਤ ਸਾਰੀਆਂ ਵੈਰਾਈਟੀਆਂ ਹਨ ਭਾਰਤ ਦੇ ਵਿੱਚ ਭੋਜਨ ਪਦਾਰਥਾਂ ਦੀਆਂ ਅਸੀਂ ਇਹ ਨੋਟ ਕਰ ਲਿਆ ਹੈ ਕਿ ਬਹੁਤ ਸਾਰੀਆਂ ਵੈਰਾਈਟੀਆਂ ਹਨ ਉਸ ਤੋਂ ਬਾਅਦ ਬੇਟਾ ਤੁਸੀਂ ਕੁਝ ਜਿਹੜੇ ਭੋਜਨ ਪਦਾਰਥ ਹਨ ਜਿਸ ਤਰ੍ਹਾਂ ਕਿ ਚਾਵਲ ਉਹਨਾਂ ਨੂੰ ਬਣਾਉਣ ਦੇ ਲਈ ਪਾਣੀ ਤੇ ਚਾਵਲਾਂ ਦੀ ਜ਼ਰੂਰਤ ਪੈਂਦੀ ਹੈ ਕੁਝ ਭੋਜਨ ਪਦਾਰਥ ਅਜਿਹੇ ਹੁੰਦੇ ਹਨ ਬੇਟਾ ਜਿਨ੍ਹਾਂ ਨੂੰ ਬਣਾਉਣ ਦੇ ਲਈ ਬਹੁਤ ਸਾਰੀ ਕੱਚੀ ਸਮਗਰੀ ਦੀ ਜ਼ਰੂਰਤ ਪੈਂਦੀ ਹੈ ਜਿਸ ਤਰ੍ਹਾਂ ਜੇਕਰ ਤੁਸੀਂ ਦਾਲ ਨੂੰ ਬਣਾਉਣਾ ਹੈ ਤਾਂ ਤੁਹਾਨੂੰ ਦਾਲ ਦੇ ਵਿੱਚ ਦਾਲ ਮਸਾਲੇ ਤੇਲ ਪਾਣੀ ਨਮਕ ਤੇ ਹੋਰ ਵੀ ਪਦਾਰਥ ਪਾਣੇ ਪੈਣਗੇ ਬੜਾ ਅੱਛਾ ਲੱਗ ਰਿਹਾ ਬੇਟਾ ਖਾਣ ਵਾਲੀਆਂ ਚੀਜ਼ਾਂ ਦੇ ਨਾਮ ਸੁਣ ਕੇ ਤਾਂ ਤੁਸੀਂ ਜਿਹੜਾ ਦੂਸਰਾ ਚਾਰਟ ਇਹੀ ਪ੍ਰਿਪੇਅਰ ਕਰਨਾ ਹੈ ਪਹਿਲੇ ਦੇ ਵਿੱਚ ਅਸੀਂ ਸਿੱਖ ਲਿਆ ਕਿ ਭੋਜਨ ਦੀ ਬਹੁਤ ਸਾਰੀ ਵੈਰਾਈਟੀ ਹੈ ਦੂਸਰੇ ਦੇ ਵਿੱਚ ਉਹ ਭੋਜਨ ਪਦਾਰਥ ਕਿਹੜੇ-ਕਿਹੜੇ ਕੱਚੀ ਸਮਗਰੀ ਨਾਲ ਬਣਿਆ ਹੋਇਆ ਹੈ ਬੇਟਾ ਹੁਣ ਤੁਸੀਂ ਨੈਕਸਟ ਚੈਪਟਰ ਦੇ ਵਿੱਚ ਵੇਖ ਰਹੇ ਹੋ ਜਿਹੜਾ 1.2 ਭੋਜਨ ਪਦਾਰਥ ਅਤੇ ਉਹਨਾਂ ਦੇ ਸੋਮੇ ਜਿਹੜੇ ਭੋਜਨ ਪਦਾਰਥ ਅਸੀਂ ਖਾਂਦੇ ਹਾਂ ਉਹ ਭੋਜਨ ਪਦਾਰਥ ਸਾਨੂੰ ਕਿਸ ਤੋਂ ਪ੍ਰਾਪਤ ਹੁੰਦੇ ਹਨ ਕੁਝ ਭੋਜਨ ਪਦਾਰਥ ਜਿਸ ਤਰ੍ਹਾਂ ਮੈਂ ਪਹਿਲਾਂ ਹੀ ਦੱਸ ਚੁੱਕਿਆ ਹਾਂ ਬੇਟਾ ਪੌਦਿਆਂ ਤੋਂ ਪ੍ਰਾਪਤ ਹੁੰਦੇ ਹਨ ਜਿਸ ਤਰ੍ਹਾਂ ਫਲ ਸਬਜ਼ੀਆਂ ਕੁਝ ਭੋਜਨ ਪਦਾਰਥ ਅਜਿਹੇ ਹਨ ਜਿਹੜੇ ਜਾਨਵਰਾਂ ਤੋਂ ਪ੍ਰਾਪਤ ਹੁੰਦੇ ਹਨ ਜਿਸ ਤਰ੍ਹਾਂ ਮੀਟ ਅੰਡੇ ਤੇ ਦੁੱਧ ਇਹ ਸਾਨੂੰ ਪਤਾ ਲੱਗ ਗਿਆ ਕਿ ਭੋਜਨ ਪਦਾਰਥਾਂ ਦੇ ਸੋਮੇ ਜਾਂ ਤਾਂ ਜਾਨਵਰ ਹਨ ਜਾਂ ਜਿਹੜੇ ਹਨ ਪੌਦੇ ਹਨ ਬੇਟਾ ਇਸ ਤਰ੍ਹਾਂ ਤੁਸੀਂ ਇਹਦੇ ਵਿੱਚ ਇੱਕ ਹੋਰ ਚਾਰਟ ਬਣਾ ਸਕਦੇ ਹੋ ਕਿ ਤੁਸੀਂ ਭੋਜਨ ਪਦਾਰਥ ਦਾ ਨਾਮ ਲਿਖਣਾ ਹੈ ਉਸ ਦੇ ਵਿੱਚ ਪੈਣ ਵਾਲੀ ਕੱਚੀ ਸਮਗਰੀ ਲਿਖਣੀ ਹੈ ਤੀਸਰੇ ਨੰਬਰ ਤੇ ਤੁਸੀਂ ਦੱਸਣਾ ਹੈ ਬੇਟਾ ਉਹ ਸਾਨੂੰ ਪੌਦੇ ਤੋਂ ਪ੍ਰਾਪਤ ਹੁੰਦੀ ਹੈ ਕਿ ਜਾਨਵਰਾਂ ਤੋਂ ਪ੍ਰਾਪਤ ਹੁੰਦੀ ਹੈ ਦੇਖੋ ਬਿਲਕੁਲ ਆਸਾਨ ਹੈ ਬਹੁਤ سارے ਬੱਚੇ ਇਸ ਦਾ ਆਨਸਰ ਬੜੇ ਪਿਆਰ ਨਾਲ ਤੁਸੀਂ ਦੇ ਸਕਦੇ ਹੋ ਬਹੁਤ ਅੱਛੇ ਬੱਚੇ ਹੋ ਬੜੇ ਇੰਟੈਲੀਜੈਂਟ ਹੋ ਕਿਰਿਆ ਤਿੰਨ ਅਸੀਂ ਕਰ ਲਈ ਹੈ ਕਿ ਅਸੀਂ ਸੋਮੇ ਦੱਸ ਦਿੱਤੇ ਹਨ ਕਿ ਉਹ ਜਿਹੜੇ ਭੋਜਨ ਪਦਾਰਥ ਹਨ ਉਹ ਸਾਨੂੰ ਕਿਸ ਤੋਂ ਕਿਸ ਤੋਂ ਪ੍ਰਾਪਤ ਹੁੰਦੇ ਹਨ ਪੌਦੇ ਤੋਂ ਜਾਂ ਜਾਨਵਰ ਤੋਂ ਹੁਣ ਬੇਟਾ ਅਸੀਂ ਪੜ ਰਹੇ ਹਾਂ 1.3 ਪੌਦੇ ਦੇ ਭਾਗ ਅਤੇ ਜਾਨਵਰਾਂ ਤੋਂ ਪ੍ਰਾਪਤ ਭੋਜਨ ਪਦਾਰਥ ਜਿਹੜੇ ਹਨ ਉਹਨਾਂ ਦੀ ਕਿਹੜੇ ਭਾਗਾਂ ਤੋਂ ਮਿਲਦੇ ਹਨ ਬੜਾ ਆਸਾਨ ਹੈ ਬੇਟਾ ਕੁਝ ਅਜਿਹੇ ਪੌਦੇ ਹਨ ਜਿਨ੍ਹਾਂ ਦੇ ਅਸੀਂ ਪੱਤੇ ਖਾਂਦੇ ਹਾਂ ਕੁਝ ਅਜੀਹੇ ਪੌਦੇ ਹਨ ਜਿਨ੍ਹਾਂ ਦਾ ਅਸੀਂ ਤਣਾ ਖਾਂਦੇ ਹਾਂ ਕੁਝ ਅਜੀਹੇ ਪੌਦੇ ਹਨ ਜਿਨ੍ਹਾਂ ਦੀ ਅਸੀਂ ਜੜਾਂ ਖਾਂਦੇ ਹਾਂ ਬੇਟਾ ਜਿਸ ਤਰ੍ਹਾਂ ਤੁਸੀਂ ਪਿਕਚਰ ਦੇ ਵਿੱਚ ਵੀ ਵੇਖ ਰਹੇ ਹੋ ਜਿਹੜਾ ਇੱਕ ਪੌਦਾ ਹੈ ਉਸਦੇ ਕਈ ਭਾਗ ਹੁੰਦੇ ਹਨ ਜਿਸ ਤਰ੍ਹਾਂ ਫੁੱਲ ਤਣਾ ਉਸ ਦੀਆਂ ਜੜਾਂ ਤਾਂ ਕਿਸੇ ਭਾਗ ਦਾ ਕਿਸੇ ਜਿਹੜਾ ਭੋਜਨ ਪਦਾਰਥ ਹੈ ਉਸ ਦਾ ਅਸੀਂ ਕੋਈ ਭਾਗ ਖਾਂਦੇ ਹਾਂ ਪਰ ਕੁਝ ਅਜੀਹੇ ਭੋਜਨ ਪਦਾਰਥ ਹਨ ਜਿਨ੍ਹਾਂ ਨੂੰ ਅਸੀਂ ਇੱਕ ਤੋਂ ਜ਼ਿਆਦਾ ਭਾਗਾਂ 'ਚ ਵੀ ਖਾਂਦੇ ਹਾਂ ਜਿਸ ਤਰ੍ਹਾਂ ਬੇਟਾ ਸਰੋਂ ਦਾ ਸਾਗ ਸਭ ਨੂੰ ਅੱਛਾ ਲੱਗਦਾ ਹੈ ਬੇਟਾ ਅਸੀਂ ਸਰਦੀਆਂ ਦੇ ਵਿੱਚ ਖਾਂਦੇ ਹਾਂ ਸਰੋਂ ਦਾ ਸਾਗ ਉਹਦੇ ਅਸੀਂ ਜਦੋਂ ਸਾਗ ਬਣਾਉਂਦੇ ਹਾਂ ਤਾਂ ਪੱਤਿਆਂ ਨੂੰ ਖਾਂਦੇ ਹਾਂ ਪਰ ਜਦੋਂ ਅਸੀਂ ਉਸਦੇ ਉਹ ਪੱਤੇ ਪੱਕ ਜਾਂਦੇ ਹਨ ਉਹਨਾਂ ਵਿੱਚੋਂ ਬੀਜ ਨਿਕਲਦੇ ਹਨ ਬੇਟਾ ਉਹ ਬੀਜਾਂ ਦਾ ਅਸੀਂ ਤੇਲ ਕੱਢ ਕੇ ਅਸੀਂ ਉਹ ਤੇਲ ਨੂੰ ਵੀ ਭੋਜਨ ਪਦਾਰਥ ਵਜੋਂ ਵਰਤਦੇ ਹਾਂ ਤਾਂ ਅਸੀਂ ਅਗਲਾ ਜਿਹੜਾ ਟੇਬਲ ਬਣਾ ਰਹੇ ਹਾਂ ਬੇਟਾ ਤੁਸੀਂ ਆਪਣੀ ਬੁੱਕ ਦੇ ਵਿੱਚ ਵੇਖ ਪਾ ਰਹੇ ਹੋ ਅਸੀਂ ਭੋਜਨ ਪਦਾਰਥ ਲਿਖਣਾ ਹੈ ਉਸ ਦੀ ਕੱਚੀ ਸਮਗਰੀ ਲਿਖਣੀ ਹੈ ਅਸੀਂ ਇਹ ਦੱਸਣਾ ਹੈ ਕਿ ਅਸੀਂ ਉਸ ਦਾ ਕਿਹੜਾ ਭਾਗ ਖਾਣੇ ਆ ਜਿਸ ਤਰ੍ਹਾਂ ਬੇਗਨ ਹੈ ਤੁਸੀਂ ਵੇਖਿਆ ਹੋਣਾ ਬੈਂਗਣ ਪਹਿਲਾਂ ਜਦੋਂ ਬੰਦਾ ਹੈ ਤਾਂ ਪਹਿਲਾਂ ਫੁੱਲ ਆਉਂਦਾ ਹੈ ਬੇਟਾ ਫੁੱਲ ਤੋਂ ਫਿਰ ਬੈਂਗਣ ਬੰਦਾ ਹੈ ਜੇਕਰ ਤੁਸੀਂ ਪਿੰਡੀ ਨੂੰ ਵੇਖਿਆ ਹੋਣਾ ਬੇਟਾ ਤਾਂ ਪਹਿਲਾਂ ਪਿੰਡੀ ਦਾ ਫੁੱਲ ਬੰਦਾ ਹੈ yellow color ਦਾ ਫਲਾਵਰ ਆਉਂਦਾ ਹੈ ਬੇਟਾ ਫਿਰ ਉਸ ਫਲਾਵਰ ਤੋਂ ਪਿੰਡੀ ਬਣ ਜਾਂਦੀ ਹੈ ਤਾਂ ਅਸੀਂ ਬੈਂਗਣ ਕਈ ਬੱਚੇ ਹੈਰਾਨ ਹੁੰਦੇ ਹਨ ਸਾਡੇ ਤੋਂ ਪੁੱਛਦੇ ਹਨ ਸਰ ਅਸੀਂ ਬੈਂਗਣ ਦਾ ਫੁੱਲ ਥੋੜੀ ਨਾ ਖਾਂਦੇ ਆ ਅਸੀਂ ਤਾਂ ਬੈਂਗਣ ਦੀ ਸਬਜ਼ੀ ਖਾਂਦੇ ਆ ਤਾਂ ਬੇਟਾ ਫੁੱਲ ਤੋਂ ਬੈਂਗਣ ਦਾ ਬੈਂਗਣ ਬੰਦਾ ਹੈ ਤਾਂ ਇੱਥੇ ਤੱਕ ਤੁਹਾਨੂੰ ਸਮਝ ਆ ਗਿਆ ਹੈ ਬੇਟਾ ਹੁਣ ਅਸੀਂ ਕਰਨ ਜਾ ਰਹੇ ਹਾਂ ਕਿਰਿਆ 5 ਬਹੁਤ ਹੀ ਇੰਟਰਸਟਿੰਗ ਕਿਰਿਆ ਹੈ ਤੁਸੀਂ ਆਪਣੇ ਘਰ ਦੇ ਵਿੱਚ ਛੋਲੇ ਬਲੈਕ ਚਨੇ ਜਾਂ ਦਾਲ ਲੈ ਲੈਣੀ ਹੈ মুਂਗੀ ਦੀ ਉਸ ਨੂੰ ਤੁਸੀਂ ਪਾਣੀ ਦੇ ਵਿੱਚ ਭਿਉਉ ਦੇਣਾ ਹੈ ਪੂਰੀ ਰਾਤ ਤੱਕ ਜਦੋਂ ਪਾਣੀ ਦੇ ਵਿੱਚ ਭਿਜੀ ਰਹੇਗੀ ਤੁਸੀਂ ਉਸ ਦਾਲ ਨੂੰ ਬਾਹਰ ਕੱਢ ਲੈਣਾ ਹੈ ਬੇਟਾ ਫਿਰ ਉਸ ਦਾਲ ਨੂੰ ਤੁਸੀਂ ਸਿੱਲੇ ਗਿੱਲੇ ਕੱਪੜੇ ਦੇ ਵਿੱਚ ਬੰਦ ਕਰਕੇ ਰੱਖ ਦੇਣਾ ਹੈ ਦੋ ਦਿਨ ਬਾਅਦ ਜਦੋਂ ਤੁਸੀਂ ਉਸ ਦਾਲ ਨੂੰ ਕੱਢੋਗੇ ਤਾਂ ਉਹਦੇ ਵਿੱਚ ਤੁਹਾਨੂੰ ਸਫੇਦ ਧਾਗੇ ਵਰਗੀਆਂ ਛੋਟੀਆਂ-ਛੋਟੀਆਂ ਰਚਨਾਵਾਂ ਪਿੱਛੇ ਮਿਲਣਗੀਆਂ ਇਹ ਬੀਜ ਪੁੰਗਰ ਚੁੱਕੇ ਹਨ ਇਹ ਬੀਜਾਂ ਨੂੰ ਤੁਸੀਂ ਧੋ ਕੇ ਕੱਚੇ ਵੀ ਖਾ ਸਕਦੇ ਹੋ ਇਹ ਬੀਜਾਂ ਨੂੰ ਤੁਸੀਂ ਸਲਾਦ ਦੇ ਤੌਰ ਤੇ ਵੀ ਖਾ ਸਕਦੇ ਹੋ ਇਹਨਾਂ ਦੇ ਵਿੱਚ ਵੱਖ-ਵੱਖ ਸਬਜ਼ੀਆਂ ਪਾ ਕੇ ਇੱਕ ਸਨੈਕ ਵੀ ਬਣ ਜਾਏਗਾ ਬੜੀ ਸੁਆਦੀਸ਼ਟ ਚੀਜ਼ ਬਣੇਗੀ ਬੇਟਾ ਤੁਸੀਂ ਇਹ ਜ਼ਰੂਰ ਬਣਾ ਕੇ ਵੇਖਣੀ ਹੈ ਇਸ ਤਰ੍ਹਾਂ ਅਸੀਂ ਪੌਦਿਆਂ ਨੂੰ ਇਹ ਰੂਪ ਦੇ ਵਿੱਚ ਵੀ ਖਾਂਦੇ ਹਾਂ ਤੁਸੀਂ ਬੇਟਾ ਮਧੂਮੱਖੀਆਂ ਨੂੰ ਵੇਖਿਆ ਹੋਣਾ ਜਿਹੜੀਆਂ ਮਧੂਮੱਖੀਆਂ ਹਨ ਉਹ ਫੁੱਲਾਂ ਦੇ ਵਿੱਚੋਂ ਰਸ ਨੂੰ ਫੁੱਲਾਂ ਦੇ ਰਸ ਨੂੰ ਖਿੱਚ ਲੈਂਦੀਆਂ ਹਨ ਉਸ ਰਸ ਨੂੰ ਨੈਕਟਰ ਕਹਿੰਦੇ ਹਨ ਉਸ ਰਸ ਨੂੰ ਉਹ ਸ਼ਹਿਦ ਦੇ ਵਿੱਚ ਪਰਿਵਰਤਿਤ ਕਰ ਦਿੰਦੀਆਂ ਹਨ ਉਹ ਸ਼ਹਿਦ ਦੇ ਵਿੱਚ ਪਰਿਵਰਤਿਤ ਕਰਕੇ ਉਹ ਆਪਣੇ ਛੱਤੇ ਦੇ ਵਿੱਚ ਜਮ੍ਹਾਂ ਕਰ ਦਿੰਦੀਆਂ ਹਨ ਛੱਤੇ ਨੂੰ ਨਹੀਂ ਛੇੜਨਾ ਚਾਹੀਦਾ ਬੇਟਾ ਮੱਖੀਆਂ ਖਤਰਨਾਕ ਹੁੰਦੀਆਂ ਹਨ ਉਹ ਛੱਤੇ ਦੇ ਵਿੱਚ ਆਪਣੇ ਭੋਜਨ ਪਦਾਰਥ ਨੂੰ ਸ਼ਹਿਦ ਦੇ ਰੂਪ ਵਿੱਚ ਜਮਾ ਕਰ ਲੈਂਦੀਆਂ ਹਨ ਕਿਉਂਕਿ ਜਿਹੜੇ ਫੁੱਲ ਹਨ ਬੇਟਾ ਇਹ ਵਿਸ਼ੇਸ਼ ਰੁੱਤ ਦੇ ਵਿੱਚ ਉਗਦੇ ਹਨ ਤੇ ਉਹਨਾਂ ਨੂੰ ਭੋਜਨ ਸਾਰਾ ਸਾਲ ਦੀ ਜ਼ਰੂਰਤ ਹੁੰਦੀ ਹੈ ਇਸ ਕਰਕੇ ਉਹ ਆਪਣੇ ਭੋਜਨ ਨੂੰ ਛੱਤੇ ਦੇ ਵਿੱਚ ਸਟੋਰ ਕਰ ਲੈਂਦੀਆਂ ਹਨ ਇਸ ਤੋਂ ਬਾਅਦ ਬੇਟਾ ਤੁਸੀਂ ਵੇਖ ਰਹੇ ਹੋ ਜਾਨਵਰ ਕੀ ਖਾਂਦੇ ਹਨ ਬੇਟਾ ਜੇਕਰ ਤੁਹਾਡੇ ਕੋਲ ਕੋਈ ਪਾਲਤੂ ਜਾਨਵਰ ਹੈ ਮੰਨ ਲਓ ਕੁੱਤੇ ਕੁੱਤਾ ਹੈ ਤਾਂ ਤੁਹਾਨੂੰ ਇਹ ਪਤਾ ਹੋਵੇਗਾ ਵੀ ਕੁੱਤਾ ਕੀ ਕੀ ਵਸਤੂਆਂ ਨੂੰ ਖਾਂਦਾ ਹੈ ਜਿਸ ਤਰ੍ਹਾਂ ਬਿੱਲੀ ਹੈ ਉਹ ਕੀ ਕੁਝ ਖਾਂਦੀ ਹੈ ਕੁਝ ਅਜਿਹੇ ਜਾਨਵਰ ਹਨ ਜਿਹੜੇ ਕੀੜਿਆਂ ਵਗੈਰਾ ਨੂੰ ਖਾਂਦੇ ਹਨ ਕੁਝ ਅਜਿਹੇ ਜਾਨਵਰ ਹਨ ਜਿਹੜੇ ਪੌਦਿਆਂ ਨੂੰ ਖਾਂਦੇ ਹਨ ਬੇਟਾ ਜਾਨਵਰਾਂ ਦੀਆਂ ਵੀ ਅਲੱਗ-ਅਲੱਗ ਵੈਰਾਈਟੀਆਂ ਹਨ ਜਾਨਵਰ ਕੀੜਿਆਂ ਨੂੰ ਵੀ ਖਾਂਦੇ ਹਨ ਜਾਨਵਰ ਦੂਜੇ ਜਾਨਵਰਾਂ ਨੂੰ ਵੀ ਖਾਂਦੇ ਹਨ ਜਾਨਵਰ ਬੇਟਾ ਅਜਿਹੇ ਵੀ ਹਨ ਜਿਹੜੇ ਸਿਰਫ ਪੱਤਿਆਂ ਨੂੰ ਤੇ ਆਪਣੇ ਪੌਦਿਆਂ ਨੂੰ ਖਾਂਦੇ ਹਨ ਬੇਟਾ ਇਸ ਤਰ੍ਹਾਂ ਤੁਸੀਂ ਕਿਰਿਆ 6 ਬਣਾਉਣੀ ਹੈ ਜਾਨਵਰ ਦਾ ਨਾਮ ਲਿਖਣਾ ਹੈ ਤੇ ਸਾਹਮਣੇ ਇਹ ਲਿਖਣਾ ਹੈ ਉਹ ਕਿਹੜੇ ਕਿਹੜੇ ਭੋਜਨ ਪਦਾਰਥਾਂ ਨੂੰ ਖਾਂਦੇ ਹਨ ਤੁਸੀਂ ਜਿਹੜਾ ਇਹ ਚਾਰਟ ਹੈ ਇਹਦੇ ਵਿੱਚੋਂ ਵੀ ਨੋਟ ਕਰ ਸਕਦੇ ਹੋ ਬੇਟਾ ਉਸ ਤੋਂ ਬਾਅਦ ਹੈ ਕਿਰਿਆ 7 ਵੈਰੀ ਇੰਪੋਰਟੈਂਟ ਕਿਰਿਆ ਹੈ ਬੇਟਾ ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਦੇਣਾ ਹਾਂ ਉਹ ਜਾਨਵਰ ਜਿਹੜੇ ਕੇਵਲ ਪੌਦਿਆਂ ਨੂੰ ਖਾਂਦੇ ਹਨ ਉਹਨਾਂ ਨੂੰ ਸ਼ਾਕਾਹਾਰੀ ਜਾਨਵਰ ਕਹਿੰਦੇ ਹਨ ਬੇਟਾ ਜਿਸ ਤਰ੍ਹਾਂ ਤੋਤਾ ਹੋ ਗਿਆ ਹਿਰਨ ਹੋ ਗਿਆ ਗਾਂ ਹੋ ਗਈ ਇਹ ਜਿਹੜੇ ਜਾਨਵਰ ਹਨ ਬੱਕਰੀ ਹੋ ਗਈ ਉਹ ਜਾਨਵਰ ਜਿਹੜੇ ਕੇਵਲ ਪੌਦਿਆਂ ਨੂੰ ਤੇ ਪੌਦੇ ਦੇ ਭਾਗਾਂ ਨੂੰ ਖਾਂਦੇ ਹਨ ਉਹਨਾਂ ਨੂੰ ਸ਼ਾਕਾਹਾਰੀ ਜਾਨਵਰ ਕਹਿੰਦੇ ਹਨ ਉਹ ਜਾਨਵਰ ਜਿਹੜੇ ਕੇਵਲ ਦੂਜੇ ਜਾਨਵਰਾਂ ਨੂੰ ਖਾਂਦੇ ਹਨ ਜਿਸ ਤਰ੍ਹਾਂ ਸ਼ੇਰ ਚਿਤਾ ਬੇਟਾ ਇਹ ਜਾਨਵਰ ਸ਼ਾਕਾ ਮਾਸਾहारी ਜਾਨਵਰ ਹਨ ਇਹ ਕੇਵਲ ਮਾਸ ਨੂੰ ਖਾਂਦੇ ਹਨ ਪਰ ਕੁਝ ਅਜਿਹੇ ਜਾਨਵਰ ਹੁੰਦੇ ਹਨ ਜਿਹੜੇ ਦੋਨਾਂ ਨੂੰ ਖਾਂਦੇ ਹਨ ਪੌਦਿਆਂ ਨੂੰ ਵੀ ਖਾਂਦੇ ਹਨ ਤੇ ਮਾਸ ਨੂੰ ਵੀ ਖਾਂਦੇ ਹਨ ਇਹਨਾਂ ਜਾਨਵਰਾਂ ਨੂੰ ਸਰਬ ਆਹਾਰੀ ਜਾਨਵਰ ਕਹਿੰਦੇ ਹਨ ਬੇਟਾ ਅੱਗੇ ਤੁਸੀਂ ਸਾਰਨੀ ਵੇਖ ਰਹੇ ਹੋ ਸਾਰਨੀ 1.6 ਤੁਸੀਂ ਸ਼ਾਕਾਹਾਰੀ ਜਾਨਵਰਾਂ ਦੇ ਨਾਮ ਲਿਖਨੇ ਹਨ ਤੁਸੀਂ ਮਾਸਾਹਾਰੀ ਜਾਨਵਰਾਂ ਦੇ ਨਾਮ ਲਿਖਨੇ ਹਨ ਤੁਸੀਂ ਸਰਵ ਆਹਾਰੀ ਜਾਨਵਰਾਂ ਦੇ ਨਾਮ ਲਿਖਨੇ ਹਨ ਬੇਟਾ ਹੁਣ ਤੁਸੀਂ ਮੈਨੂੰ ਦੱਸਣਾ ਹੈ ਕਿ ਮਨੁੱਖ ਕੀ ਹੈ ਮਨੁੱਖ ਸ਼ਾਕਾਹਾਰੀ ਹੈ ਸਰਵ ਆਹਾਰੀ ਹੈ ਕਿ ਮਾਸਾਹਾਰੀ ਹੈ ਆਸ ਕਰਦਾ ਹਾਂ ਬਹੁਤ ਸਾਰੇ ਬੱਚੇ ਇਸ ਨੂੰ ਦੱਸ ਸਕਦੇ ਹਨ ਤੁਸੀਂ ਵੇਖ ਰਹੇ ਹੋ ਇਹ ਜਿਹੜਾ ਚੈਪਟਰ ਹੈ ਸਾਡਾ ਸਮਾਪਤ ਹੋ ਗਿਆ ਹੈ ਆਸ ਕਰਦਾ ਹਾਂ ਇਹ ਵੀਡੀਓ ਤੁਹਾਨੂੰ ਬਹੁਤ ਪਸੰਦ ਆਈ ਹੋਣੀ ਜੇਕਰ ਤੁਸੀਂ ਸਾਡੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਬੇਟਾ ਇਸ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਐਸੀ ਤਰ੍ਹਾਂ ਤੁਹਾਨੂੰ ਸੋਖੀਆਂ ਸੋਖੀਆਂ ਹੋਰ ਵੀਡੀਓਜ਼ ਇਸ ਤਰ੍ਹਾਂ ਮਿਲਦੀਆਂ ਰਹਿਣਗੀਆਂ ਥੈਂਕ ਯੂ ਬੱਚੇ